ਜਿਹੜੇ ਲੋਕ ਅਕਾਲੀਆਂ ਨਾਲ ਜੁੜੇ ਹੋਏ ਸੀ, ਅੱਜ ਆਪਣੇ ਅਕਾਲੀ ਦਲ ਦੇ ਘਰ ਵਾਪਸੀ ਹੋਈ, ਤੁਸੀਂ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦੇ ਇਸ਼ਾਰੇ ਤੇ ਟਕਸਾਲੀ ਨੀ ਜਾਲੀ ਨੱਚ ਰਹੇ ਸੀ, ਉਹਨਾਂ ਦਾ ਪਰਦਾ ਫਾਸ਼ ਹੋ ਗਿਆ। ਜਿੱਥੇ ਇੱਕ ਸਤਿਕਾਰਯੋਗ ਜਰਨੈਲ ਜਿਹੜੇ ਆਰਮੀ ਦੀ ਫੌਜ ਦੀ ਰਣ ਭੂਮੀ ਚੋਂ ਕਦੇ ਭੱਜੇ ਨੀ, ਉਹਨਾਂ ਦੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਇਹਨਾਂ ਨੇ ਕਿ ਉਹਨਾਂ ਨੂੰ ਚੋਣ ਦੇ ਮੈਦਾਨ ਚੋਂ ਭੱਜਣਾ ਪਿਆ। ਇਹ ਸਾਰੀ ਗੱਲਾਂ ਨੂੰ ਵਿਚਾਰਦੇ ਹੋਏ ਕਿ ਕਿਵੇਂ ਕਾਂਗਰਸ ਦੀ ਫਾਈਨੈਂਸਿੰਗ ਤੇ ਕਾਂਗਰਸ ਦੇ ਇਸ਼ਾਰੇ ਤੇ ਸਾਰਾ ਕੰਮ ਇੱਥੇ ਚੱਲ ਰਿਹਾ ਸੀ, ਸਿਰਫ ਤੇ ਸਿਰਫ ਕਾਂਗਰਸ ਨੂੰ ਫਾਇਦਾ ਪਹੁੰਚਾਉਣ ਲਈ ਲੋਕ ਸੁਚੇਤ ਹੋ ਰਹੇ ਆ, ਕਿਉਂਕਿ ਕਾਂਗਰਸ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾ ਕੇ ਗੁਟਕਾ ਸਾਹਿਬ ਹੱਥ ਚ ਫੜ ਕੇ ਉਸ ਪਵਿੱਤਰ ਧਰਤੀ ਤਲਵੰਡੀ ਸਾਹਿਬ ਉਹਦੇ ਪਵਿੱਤਰ ਧਰਤੀ ਤੋਂ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਫਰੇਬ ਕੀਤਾ, ਔਰ ਪਹਿਲੀ ਵਾਰੀ ਨਹੀਂ ਕੀਤਾ। 84 ਦੇ ਹਲੇ ਲੋਕ ਅਟੈਕ ਨੂੰ ਨਹੀਂ ਭੁੱਲੇ, ਜਿਹੜਾ ਗੁਰੂ ਦਾ ਨਹੀਂ ਬਣਿਆ ਉਹਨੇ ਪੰਜਾਬ ਦੇ ਲੋਕਾਂ ਦਾ ਕਾਂਗਰਸ ਨੇ ਕਿੱਥੇ ਬਣ ਜਾਣਾ? ਇਸ ਲਈ ਸਾਰੀ ਗੱਲਾਂ ਨੂੰ ਸਮਝਦੇ ਹੋਏ ਬੀਬੀ ਜਗੀਰ ਕੌਰ ਜੀ ਦੇ ਹੱਕ 'ਚ ਤਕੜੇ ਹੋ ਕੇ ਪਾਰਟੀ ਇਕਜੁੱਟ ਹੋ ਰਹੀ ਆ, ਤੇ ਜਿਹੜੇ ਲੋਕ ਮੌਕਾ ਪ੍ਰਸਤੀ ਦੀ ਰਾਜਨੀਤੀ ਕਰਦੇ ਸੀ ਉਹਨਾਂ ਨੂੰ ਲਾਂਭੇ। ਸੁਸ਼ੇਰ ਸਿੰਘ ਦੁੱਲੋ ਦੀ ਪਤਨੀ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਰਹੀ ਹੈ, ਇਹ ਤਾਂ ਦੇਖੋ ਉਹਨਾਂ ਦੀ ਮਰਜ਼ੀ ਆ, ਮਗਰ ਉਹ ਦੁੱਲੋ ਸਾਹਿਬ ਨੇ ਤਾਂ ਇੱਕ ਵਾਰੀ ਦੀ ਕਈ ਵਾਰੀ ਕਲੀਅਰ ਕਰਤਾ, ਅੱਜ ਜਿੰਨੇ ਵੀ ਪ੍ਰਧਾਨ ਨੇ ਜਾਖੜ ਮੌਜੂਦਾ ਪ੍ਰਧਾਨ ਹੈ ਉਹਨੂੰ ਛੱਡ ਕੇ ਜਿਹੜੇ ਤਿੰਨ ਸਾਬਕਾ ਪ੍ਰਧਾਨ ਰਹੇ ਆ, ਮਹਿੰਦਰ ਸਿੰਘ ਕੇਪੀ, ਸ਼ਮਸ਼ੇਰ ਸਿੰਘ ਦੁੱਲੋ, ਪ੍ਰਤਾਪ ਸਿੰਘ ਬਾਜਵਾ, ਇਹ ਸਾਰਿਆਂ ਨੇ ਕਹਿਤਾ, ਸੰਤੋਸ਼ ਚੌਧਰੀ ਜੀ, ਸਾਰੇ ਕਹਿਤੇ ਕਿ ਕਾਂਗਰਸ ਦੀਆਂ ਟਿਕਟਾਂ ਵੇਚੀਆਂ ਜਾ ਰਹੀਆਂ ਤੇ ਕਾਂਗਰਸ ਨੇ ਪੰਜਾਬ ਦੀ ਕਿਸਾਨੀ ਨਾਲ, ਪੰਜਾਬ ਦੇ ਨੌਜਵਾਨਾਂ ਨਾਲ, ਪੰਜਾਬ ਦੇ ਦਲਿਤ ਵੀਰਾਂ ਨਾਲ, ਪੰਜਾਬ ਦੇ ਬੈਕਵਰਡ ਨਾਲ, ਪੰਜਾਬ ਦੇ ਵਪਾਰੀ ਨਾਲ ਸਿਰਫ ਤੇ ਸਿਰਫ ਧੋਖਾ ਤੇ ਫਰੌਡ ਕੀਤਾ, 420 ਕੀਤੀ ਆ, ਹੋਰ ਕੱਖ ਨਹੀਂ ਕੀਤੀ। ਜਾਖੜ ਸਾਹਿਬ ਦਾ ਵਿਰੋਧ ਹੋ ਰਿਹਾ, ਇਸ ਲਈ ਕੋਠੀ ਲਈ ਜੀ 25 ਕਰੋੜ ਰੁਪਏ ਦੀ ਉੱਥੇ। ਨਹੀਂ ਦੇਖੋ, ਜਾਖੜ ਸਾਹਿਬ ਜਿਹੜੀ ਮਰਜ਼ੀ ਲੈ ਲੈਣ, ਜਿਹੜਾ ਆਪਦੇ ਘਰੋਂ ਭੱਜ ਗਿਆ ਹੋਵੇ, ਦੇਖੋ ਜਿਹੜਾ ਘਰ ਦਾ ਇਲਾਕਾ ਜਿੱਥੋਂ ਬਲਰਾਮ ਜਾਖੜ ਜੀ ਨੂੰ ਲੋਕਾਂ ਨੇ MP ਵਜ਼ੀਰ ਲੋਕ ਸਭਾ 'ਚ ਭੇਜਿਆ ਹੋਵੇ, ਸਪੀਕਰ ਬਣਾਇਆ ਹੋਵੇ, ਉਸ ਇਲਾਕੇ ਦੇ ਲੋਕਾਂ ਨੇ ਉਹਨਾਂ ਦੀ ਅਸਲ ਪਹਿਚਾਣ ਕਰ ਲਈ ਕਿ ਇਹ ਧੋਖੇਬਾਜ਼ ਲੋਕ ਨੇ, ਇਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਤਦੇ ਤਾਂ ਆਪਦਾ ਘਰ ਫਿਰੋਜ਼ਪੁਰ ਛੱਡ ਕੇ ਆ ਗਏ, ਅਬੋਹਰ 'ਚ MC ਨੇ ਉਹਨਾਂ ਨੂੰ ਹਲਾਤਾ, ਔਰ ਇਸ ਲਈ ਹਰਿਆ ਮੈਂ ਗੱਲ ਕਹਿੰਦਾ ਜਾਖੜ ਸਾਹਿਬ ਕਿ ਤੁਸੀਂ ਕਹਿੰਦੇ ਕਾਂਗਰਸ ਦੇ ਕੰਮ ਬੜੇ ਚੰਗੇ ਕੀਤੇ, ਫਿਰ ਆਪਦਾ ਘਰ ਨਾ ਛੱਡ ਕੇ ਭੱਜੋ, ਦੋ ਦੋ ਹੱਥ ਉੱਥੇ ਹੋ ਜਾਣ, ਲੋਕ ਫੈਸਲਾ ਕਰ ਲੈਣ, ਜਿਹੜਾ ਆਪਦਾ ਘਰ ਛੱਡ ਕੇ ਭੱਜੇ ਤੇ ਉਹਦੀ ਅਸਲੀਅਤ ਤਾਂ ਸਾਹਮਣੀ ਆ ਕਿ ਉਹ ਲੋਕਾਂ ਨਾਲ ਫਰੌਡ ਕੀਤਾ, ਲੋਕਾਂ ਨਾਲ ਧੋਖਾ ਕੀਤਾ, ਤਦੇ ਲੋਕਾਂ ਦੇ ਸਨਮੁਖ ਹੋ ਕੇ। ਗੁਰੂ ਸਾਹਿਬ ਤੋਂ ਅਮਰ ਸਿੰਘ ਨੇ ਕੇਜਰੀਵਾਲ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕੀਤੀ ਹੈ, ਮੈਂ ਇਹਦੀ ਸਖਤ ਲਫ਼ਜ਼ਾਂ ਨਾਲ ਨਿਖੇਧੀ ਕਰਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਕਿਸੇ ਨਾਲ ਨਾ ਕਦੇ ਕੀਤੀ ਜਾ ਸਕਦੀ ਹੈ। ਜੋ ਸੱਚੇ ਪਾਤਸ਼ਾਹ ਦੀ ਇਸ ਦੁਨੀਆਂ ਨੂੰ ਦੇਣ ਤੇ ਬਖਸ਼ਿਸ਼ ਹੈ, ਉਹਦਾ ਕੰਪੈਰੀਜ਼ਨ ਕਿਸੇ ਇਨਸਾਨ ਨਾਲ ਕਰਨਾ ਮੈਂ ਸਮਝਦਾ ਇੱਕ ਬਹੁਤ ਵੱਡਾ ਪਾਪ ਹੈ। ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ, ਅਕਾਲ ਤਖ਼ਤ ਸਾਹਿਬ ਨੂੰ ਇਹਦਾ ਇੱਥੇ ਨੋਟਿਸ ਲੈ ਕੇ ਐਕਸ਼ਨ ਕਰਨਾ ਚਾਹੀਦਾ, ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਤੇ ਤੇ ਕੇਜਰੀਵਾਲ ਤੇ ਪਰਚਾ ਦਰਜ ਕਰਾਉਣਾ ਚਾਹੀਦਾ। ਮਨਜਿੰਦਰ ਸਿੰਘ ਸਿੱਧੂ ਆਮ ਆਦਮੀ ਪਾਰਟੀ ਉਮੀਦਵਾਰ ਆ, ਉਹਨੇ ਲੜਕੀ ਨਾਲ 2013 ਵਿੱਚ ਛੇੜਛਾੜ ਕੀਤੀ ਸੀ, ਮਾਮਲਾ ਦਰਜ ਹੋਇਆ, 6 ਮਹੀਨੇ ਫਿਰ ਜੇਲ੍ਹ ਕੱਟ ਕੇ ਜਮਾਨ ਤੇ ਬਾਹਰ ਆ ਕੇ ਸਾਲੇ ਚੱਲਦਾ ਪਿਆ, ਤੁਸੀਂ ਕੀ ਸਮਝਦੇ ਹੋ ਕਿ ਇਸ ਤਰ੍ਹਾਂ ਜੀ ਤੁਸੀਂ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ ਤੀਲਾ ਕਿਉਂ ਹੋ ਗਿਆ? ਉਹਨਾਂ ਤੇ ਕੋਈ ਚੰਗੀ ਆਸ ਰੱਖ ਸਕਦੇ? ਜਿਹੜਾ ਪ੍ਰਧਾਨ ਹੈ ਉਹ ਨਿੱਤ ਦਾ ਸ਼ਰਾਬੀ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਚ ਉਹ ਸ਼ਰਾਬ ਪੀ ਕੇ ਤਾਂ ਗੁਰੂ ਸਾਹਿਬ ਦੇ ਤਾਬੇ ਚ ਜਾਣ ਦੀ ਉਹਨੇ ਕੋਸ਼ਿਸ਼ ਕੀਤੀ, ਲੋਕਾਂ ਨੇ ਉਹਨੂੰ ਬੁਝਾਇਆ, ਟੱਬਰ ਉਹਦਾ ਉਹਨੂੰ ਅਲਵਿਦਾ ਕਹਿ ਗਿਆ, ਉਹਦੀ ਮਾੜੀ ਆਦਤਾਂ ਨਾਲ
ਸਟੇਜਾਂ ਤੋਂ ਐਲਾਨ ਹੋ ਰਿਹਾ ਉਹਦੇ ਬਾਰੇ ਕਿ ਇਹਨੇ ਸ਼ਰਾਬ ਇਹਨੇ ਇਹ ਪੀਂਦਾ ਸੀ ਜੀ ਮਗਰ ਛੱਡਤੀ, ਜਿਹੜਾ ਆਪ ਕਿਰਦਾਰ ਇਹ ਜਿਹਾ ਹੋਵੇ ਉਹਨਾਂ ਦੀ ਗਾਂ ਪਹਿਲਾਂ ਵੀ ਇਲਜ਼ਾਮ ਇਹ 100 ਵਾਰੀ ਲੱਗੇ। ਇਹਨਾਂ ਦੇ ਲੋਕ ਲਾਉਂਦੇ ਰਹੇ ਲੀਡਰ ਕਿ ਜੀ ਟਿਕਟਾਂ ਵੇਚੀਆਂ ਗਈਆਂ, ਇਹ ਸਾਰਾ ਕੁਛ ਹੋਇਆ, ਧੀਆਂ ਭੈਣਾਂ ਦਾ ਅਪਮਾਨ ਦੀ ਗੱਲ ਉਦੋਂ ਵੀ ਚੱਲੀ ਹੈ। ਇਹ ਸਾਰੀ ਗੱਲਾਂ ਦਾ ਜਵਾਬ ਕੇਜਰੀਵਾਲ ਸਾਹਿਬ ਦੇਵੇ, ਨਹੀਂ ਤਾਂ ਲੋਕ ਤਾਂ ਸਿਖਾਈ ਦੇਣਗੇ ਸਬਕ, ਪਹਿਲਾਂ ਵੀ ਸਿਖਾਇਆ ਹੁਣ ਹੋਰ ਸਬਕ ਸਿਖਾ ਦੇਣਗੇ। ਇਹ ਤਾਂ ਮੈਂ ਕਹਿ ਰਿਹਾ ਜੀ, ਉਹ ਤਾਂ ਕਾਂਗਰਸ ਦੇ ਪ੍ਰਧਾਨ ਲਾ ਰਹੇ ਆ ਜੀ, ਸਾਬਕਾ 3 ਪ੍ਰਧਾਨ ਹੈ ਜਿਹੜੀ ਇਹ ਗੱਲ ਕਹਿ ਰਹੇ ਆ। ਸੋ ਜਿਹੜੀ ਕਾਂਗਰਸ ਦੀਆਂ ਟਿਕਟਾਂ ਵੇਚ ਸਕਦੇ ਆ, ਲੋਕਾਂ ਦੀ ਹੱਕ ਦੀ ਰਖਵਾਲੀ ਕਿੱਥੇ ਕਰਨਗੇ? ਲੋਕਾਂ ਨਾਲ ਤਾਂ ਵੱਡੀ ਬੇਈਮਾਨੀ ਕੀਤੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸੌਂਹ ਖਾ ਕੇ ਗੁਟਕਾ ਸਾਹਿਬ ਹੱਥ ਫੜ ਕੇ ਤੇ ਜਕਾਰਾ ਛੱਡਣ ਵਾਲੇ ਦਾ ਬੜੇ ਅਫਸੋਸ ਨਾਲ ਕਹਿਣਾ ਪੈਂਦਾ। ਇੱਕ ਮੰਤਰੀ ਸੀ ਤੇ ਜਦੋਂ ਗੁਟਕਾ ਸਾਹਿਬ ਹੱਥ 'ਚ ਫੜਿਆ ਸੀ ਉਦੋਂ ਬੂਟ ਵੀ ਨਹੀਂ ਲਾਏ ਸੀ, ਇਹ ਤਾਂ ਇਹਨਾਂ ਦਾ ਸਤਿਕਾਰ ਹੈ। ਤੇ ਫੜਾਉਣ ਵਾਲੇ ਕੋਈ ਹੋਰ ਨਹੀਂ, ਕਡੂਰ ਸਾਹਿਬ ਦੇ MLA ਸਨ, ਇਹ ਸਭ ਜਵਾਬ ਦੇਈਏ। ਆਮ ਆਦਮੀ ਪਾਰਟੀ ਦੇ ਕਰਤਾਰ ਹੀ ਦਿੰਦਾ, ਪਹਿਲਾਂ ਵੀ ਇਹੋ ਇਲਜ਼ਾਮਾਂ ਤੇ ਲੱਗੇ ਆ, ਪਹਿਲਾਂ ਵੀ ਇਹਨਾਂ ਨੇ ਬੜੀਆਂ ਅਸ਼ਲੀਲ ਹਰਕਤਾਂ ਕੀਤੀਆਂ, ਲੋਕ ਸਾਰੇ ਜਾਣਦੇ ਆ। ਐਸ ਐਮ ਦੀ ਜਿੰਨੀ ਨਿੰਦਾ ਕਰਦੀ ਜਾਵੇ ਉਹ ਵੀ ਆਈ ਥੋੜ੍ਹੀ ਜਾਣ।